ਆਮ ਆਦਮੀ ਪਾਰਟੀ ਦੇ ਮੈਂਬਰ ਅਤੇ ਪੰਜਾਬੀ ਗਾਇਕ ਜੱਸੇ ਜਸਰਾਜ ਨੇ ਆਪਣੀ ਪਾਰਟੀ ਦੇ ਹੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਇੱਕ ਪਾਰਟੀ ਵਰਕਰ ਦੀ ਤਰ੍ਹਾਂ ਲੋਕਾਂ ਦੇ ਵਿੱਚ ਵਿਚਰਨ ਦੀ ਨਸੀਹਤ ਦੇ ਦਿੱਤੀ ਹੈ। ਜਸਰਾਜ ਨੇ ਛੋਟੇਪੁਰ ਉੱਤੇ ਵਰਦਿਆਂ ਹੋਇਆਂ ਕਿਹਾ ਹੈ ਕਿ ਛੋਟੇਪੁਰ ਹੁਣ ਅਕਾਲੀ ਦਲ ਜਾਂ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਬਲਕਿ ਆਮ ਆਦਮੀ ਪਾਰਟੀ ਵਿੱਚ ਨੇ। ਇਸ ਲਈ ਸੁੱਚਾ ਸਿੰਘ ਛੋਟੇਪੁਰ ਨੂੰ ਲੀਡਰ ਦਾ ਰੂਪ ਤਿਆਗ ਕੇ ਆਮ ਆਦਮੀ ਵਾਂਗ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਸਰਾਜ ਨੇ ਕਿਹਾ ਹੈ ਕਿ ਛੋਟੇਪੁਰ ਦੁਆਰਾ ਮਨਪ੍ਰੀਤ ਬਾਦਲ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਨ ਦੀ ਤਿਆਰੀ ਸੀ, ਪਰ ਪਾਰਟੀ ਅੰਦਰ ਵਿਰੋਧ ਦੇ ਚੱਲਦੇ ਮਨਪ੍ਰੀਤ ਨੂੰ ਪਾਰਟੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਜਸਰਾਜ ਨੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਕਾਰੋਬਾਰ ਦੇ ਲਈ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਉੱਤੇ ਵੀ ਇਲਜ਼ਾਮ ਲਗਾਏ ਨੇ। ਹਰ ਬੰਦਾ ਜੇ ਮੈਂ ਐਜ਼ ਆ ਵਲੰਟੀਅਰ ਵੀ ਜਾਂਦਾ ਲੀਡਰ ਨੇ, ਐਜ਼ ਆ ਵਲੰਟੀਅਰ ਵੀ ਹੁਣ ਲੋਕਾਂ ਦੀ ਨਬਜ਼ ਚੈੱਕ ਕੀਤੀ ਹੈ ਵੀ ਲੋਕ ਕੀ ਬੋਲਦੇ ਹੈ, ਲੋਕ ਕੀ ਸੋਚਦੇ ਹੈ, ਕਿੱਥੇ ਸਾਡੀਆਂ ਖਾਮੀਆਂ ਨੇ, ਕਿੱਥੇ ਗਰੁੱਪਿਜ਼ਮ ਹੈ, ਕਿਹੜਾ ਬੰਦਾ ਪਿੱਛੋਂ ਕਿਹੜੀ ਚੀਜ਼ ਨੂੰ ਪੋਲੀਟੀਕਲੀ ਗਵਰਨ ਕਰਕੇ ਪਾਰਟੀ ਨੂੰ ਢਾਰ ਲਾ ਰਿਹਾ ਅਤੇ ਆਪਣਾ ਕੱਦ ਉੱਚਾ ਚੱਕ ਰਿਹਾ, ਉਹ ਸਾਰੀਆਂ ਚੀਜ਼ਾਂ ਦੇਖ ਕੇ ਅਸੀਂ ਉੱਪਰ ਦੇਵਾਂਗੇ, ਨੋਟਿਸ ਦੇਵਾਂਗੇ। ਦੇਖੋ ਮਾਝੇ ਨਹੀਂ ਜੀ, ਸਿਆਸਤ ਹੈ ਮਨੀ ਫੇਮ ਐਂਡ ਪਾਵਰ, ਸ਼ੌਹਰਤ ਪੈਸਾ ਅਤੇ ਤਾਕਤ, ਇਹ ਬੜਿਆਂ ਤੋਂ ਬੜਿਆਂ ਨੂੰ ਸਦੀਆਂ ਤੋਂ ਅੰਨਾ ਕਰਦੀ ਆਈ ਹੈ, ਇਹਦੇ 'ਚ ਮੈਂ ਵੀ ਅੰਨਾ ਹੋ ਸਕਦਾ, ਅਤੇ ਅਸੀਂ ਸਾਨੂੰ ਕੋਸ਼ਿਸ਼ ਹੈ ਵੀ ਜਿਹੜਾ ਵੀ ਕੋਈ ਬੰਦਾ ਇਹੋ ਜਿਹੀ ਗਰੁੱਪਿਜ਼ਮ ਕਰਕੇ ਆਪਣੇ ਆਪ ਨੂੰ ਤਾਕਤਵਰ ਬਣਾਉਣਾ ਚਾਹੁੰਦਾ, ਨਾ, ਇਹ ਆਮ ਆਦਮੀ ਪਾਰਟੀ ਆਮ ਬੰਦਿਆਂ ਨੂੰ ਤਗੜਾ ਕਰਨ ਆਈ ਹੈ, ਕਿਸੇ ਲੀਡਰ ਨੂੰ ਤਗੜਾ ਕਰਨ। ਜੇ ਤੁਹਾਨੂੰ ਆਪਣੇ ਏਰੀਏ 'ਚ ਹੀ ਨਹੀਂ ਪਤਾ ਕਿ ਯਾਰ ਕੋਈ ਬੰਦਾ ਆ ਰਿਹਾ, ਚਲੋ ਮੈਂ ਨਹੀਂ ਦੱਸਿਆ ਹੋਊ, ਇਹਨਾਂ ਮੁੰਡਿਆਂ ਨੇ ਤਾਂ ਦੱਸਿਆ, ਜੇ ਉਹ ਕਹਿੰਦੇ ਮੈਨੂੰ ਨੌਲੇਜ ਨਹੀਂ ਹੈ, ਤੁਹਾਨੂੰ ਨੌਲੇਜ ਹੋਵੇ ਨਾ ਹੋਵੇ, ਤੁਸੀਂ ਕਹੋ ਯਾਰ ਮੇਰਾ ਸਾਥੀ ਆ ਰਿਹਾ, ਮੇਰਾ ਜਵਾਨ ਜਿਹੜਾ ਮੁੰਡਾ ਬੱਬਰ ਸ਼ੇਰ ਉੱਥੇ ਲੜ ਕੇ ਆਇਆ ਬਠਿੰਡੇ 'ਚ, ਉਹ ਆ ਰਿਹਾ, ਤੁਸੀਂ ਆ ਜਾਓ, ਐਂ ਨਾ ਨਾ ਸੋਚੋ ਵੀ ਮੇਰਾ ਕੱਦ ਵੱਡਾ, ਮੈਂ ਕਨਵੀਨਰ, ਕੋਈ ਕਨਵੀਨਰ ਨਹੀਂ, ਆ ਇਹਨਾਂ 'ਚੋਂ ਕੋਈ ਬਣਾ ਦਿਓ ਕਨਵੀਨਰ, ਹਰ ਬੰਦਾ ਆਮ ਹੈ। ਛੋਟੇਪੁਰ ਸਾਹਿਬ ਪਹਿਲਾਂ ਹੁੰਦੇ ਸੀ ਕਦੀ ਕਿਸੇ ਜ਼ਮਾਨੇ 'ਚ, ਜਦੋਂ ਨੇਤਾ ਲੀਡਰ, ਉਹ ਅਕਾਲੀ ਦਲ ਕਾਂਗਰਸ ਤੁਸੀਂ ਛੱਡਿਆ ਏ, ਹੁਣ ਉਹ ਵਰਕਾ ਆਪਣਾ ਜਿਹੜਾ ਹੈ ਨਾ ਮਾਵਾ ਲੱਗਿਆ ਉਹਨਾਂ ਪਾਰਟੀਆਂ ਦਾ, ਛੱਡ ਦਿਓ, ਕਮ ਐਜ਼ ਅ ਟਰੂ ਵਲੰਟੀਅਰ, ਡੋਂਟ ਐਕਟ ਐਜ਼ ਅ ਕਨਵੀਨਰ, ਕਨਵੀਨਰ ਆ ਸਾਰੇ ਕਨਵੀਨਰ ਨੇ, ਸਾਰੇ ਕੇਜਰੀਵਾਲ ਨੇ, ਜਦੋਂ ਇੱਕ ਕੇਜਰੀਵਾਲ ਨੇ ਆਵਾਜ਼ ਮਾਰੀ ਸੀ ਲੋਕ ਸਭਾ ਇਲੈਕਸ਼ਨ 'ਚ, 33 ਲੱਖ ਕੇਜਰੀਵਾਲ ਪੰਜਾਬ 'ਚੋਂ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ। ਆਮ ਆਦਮੀ ਪਾਰਟੀ ਦੇ ਨੇਤਾ ਜੱਸੀ ਜਸਰਾਜ ਦਾ ਆੜੇ ਹੱਥੇ ਲੈਣਾ ਸੁੱਚਾ ਸਿੰਘ ਛੋਟੇਪੁਰ ਨੂੰ, ਆਪਣੀ ਹੀ ਪਾਰਟੀ ਦੇ ਪੰਜਾਬ ਕਨਵੀਨੀਅਰ ਨੂੰ, ਇਹ ਗੱਲ ਸਾਹਮਣੇ ਉਦੋਂ ਆਈ ਜਦ ਇੱਕ ਪ੍ਰੈਸ ਵਾਰਤਾ ਦੇ ਦੌਰਾਨ ਪੁੱਛੇ ਗਏ ਸਵਾਲ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਸੁੱਚਾ ਸਿੰਘ ਛੋਟੇਪੁਰ ਪੰਜਾਬ ਦੇ ਅਕੇਲੇ ਕਨਵੀਨੀਅਰ ਨਹੀਂ ਹੈ, ਪੰਜਾਬ ਦਾ ਹਰ ਵਲੰਟੀਅਰ ਆਪ ਪਾਰਟੀ ਦਾ ਕਨਵੀਨੀਅਰ ਹੈ, ਅਤੇ ਐਸੇ ਬਿਆਨ ਜਦੋਂ ਸਾਹਮਣੇ ਆਉਂਦੇ ਹਨ ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁਸੀਬਤਾਂ ਪਾਰਟੀ ਲਈ ਖੜੀਆਂ ਹੋਣ। ਗੁਰਪ੍ਰੀਤ ਸਿੰਘ ਚਾਵਲਾ, ਗਲੋਬਲ ਪੰਜਾਬ ਲਈ, ਗੁਰਦਾਸਪੁਰ ਤੋਂ।